ਹੁਣ ਫਿਰ ਆਪਾਂ ਕਹੀਏ ਵੀ ਠੁੱਕੋ ਤਾਲੀ, ਕਿਉਂਕਿ ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਵੀ ਤਾਲੀਆਂ ਵਾਲੇ ਪਾਸੇ ਨੂੰ ਚੱਲ ਪਏ ਨੇ। ਆਪਾਂ ਪਿੱਛੇ ਜੇ ਕਿਆਸ ਲਾ ਰਹੇ ਸੀ ਕਿ ਸ਼ਾਇਦ ਰਾਜਨੀਤੀ ਵਾਲੇ ਪਾਸੇ ਆ ਜਾਣ, ਫਿਰ ਉਹਨਾਂ ਦੇ ਧਰਮ ਪਤਨੀ ਉਹਨਾਂ ਦੀਆਂ ਮੀਟਿੰਗਾਂ ਤੋਂ ਲੱਗ ਰਿਹਾ ਸੀ ਕਿ ਭਾਈ ਇਹ ਹੁਣ ਐਕਟਿਵ ਹੋ ਗਏ ਨੇ, ਪਰ ਵਿੱਚੋਂ ਗੱਲ ਜੇ ਨਿਕਲ ਕੇ ਆ ਗਈ ਕਿ ਨਵਜੋਤ ਸਿੰਘ ਸਿੱਧੂ ਤਾਂ ਪੁਰਾਣੇ ਵਾਲੇ ਪਾਸੇ ਨੂੰ ਚੱਲੇ, ਪੁਰਾਣੇ ਯਾਰ ਨੂੰ ਮਿਲਣ, ਹੁਣ ਕਿਹੜੇ ਪਾਸੇ ਨੂੰ ਬੈਲੈਂਸ ਕਿਵੇਂ ਕਰਨਗੇ ਮੈਨੂੰ ਸਮਝ ਨਹੀਂ ਆ ਰਹੀ ਗੱਲ। ਅੰਮ੍ਰਿਤਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ ਤੇ, ਦੋਨੇ ਹੀ ਅੰਮ੍ਰਿਤਸਰੀਏ ਆ ਜੀ। ਹੁਣ ਵੇਖੋ ਕਲੀ ਪਕਾਉਂਦੇ ਆ ਕਿ ਕੱਚੀ ਤੋੜਦੇ, ਕੀ ਕਰਦੇ। ਵੈਸੇ ਸਿੱਧੂ ਸਾਹਿਬ ਬੇਸਿਕਲੀ ਤਾਂ ਪਟਿਆਲੇ ਦੇ ਰਹਿਣ ਵਾਲੇ ਆ, ਪਰ ਜੀ ਜਦੋਂ ਤੋਂ ਇਹਨਾਂ ਨੇ ਰਾਜਨੀਤੀ ਸਟਾਰਟ ਕੀਤੀ ਫਿਰ ਇਹ ਅੰਮ੍ਰਿਤਸਰੀਏ। ਅੰਮ੍ਰਿਤਸਰੀਏ ਜੀ ਜੀ ਜੀ। ਹੁਣ ਇਹਨਾਂ ਦੋਨਾਂ ਦਾ ਆਪਦਾ ਜਲਵਾ ਹੈ ਬਾਈ। ਸਿੱਧੂ ਸਾਹਿਬ ਤੇ ਤਾੜੀ ਮਾਰਨ ਦੇ ਵੇਖ ਲਓ ਕਿੰਨੇ ਪੈਸੇ ਲੈਂਦੇ ਆ। ਬਿਲਕੁਲ ਜੀ ਬਿਲਕੁਲ, ਬੇਸ਼ੱਕ। ਜਿਵੇਂ ਅਰਚਨਾ ਪੂਰਨ ਸਿੰਘ ਹੱਸਣ ਦਾ ਹਾ ਹਾ ਹੋ ਹੋ, ਬਹੁਤ ਹੱਸਦੀ ਆ, ਕਮਾਲ ਹੱਸਦੀ ਆ, ਉਹਦੇ ਹਾਸੇ ਵੀ ਉੱਡੇ ਜੇ ਪਏ ਕਹਿੰਦੇ ਇਸ ਖਬਰ ਨਾਲ। ਉਹਨਾਂ ਇਹ ਵੇਖੋ ਰਿਪਲੇਸਿੰਗ ਹੋਏਗੀ ਸਭ, ਇਹਦੇ 'ਚ ਕੀ ਹੁੰਦਾ, ਕੁਛ ਨਹੀਂ ਹੈ, ਕੰਮ ਦਾ ਹਿੱਸਾ ਹੈ ਸਾਹਿਬ। ਅੱਜ ਮੈਂ ਇੱਥੇ ਬੈਠਾ ਤੁਹਾਡੇ ਸਾਹਮਣੇ, ਕੱਲ ਨੂੰ ਮੈਂ ਨਹੀਂ ਹੋਊਂਗਾ, ਕੋਈ ਹੋਰ ਆ ਜਾਊਗਾ ਜੀ, ਕੋਈ ਮੈਨੂੰ ਰਿਪਲੇਸ ਕਰ ਦੂਗਾ, ਕੋਈ ਮੇਰੇ ਹੱਥੋਂ ਹੋ ਜਾਊਗਾ, ਇਹ ਸਭ ਕੁਝ ਚੱਲਦਾ ਹੈ ਸਾਹਿਬ। ਇਹ ਇਸੇ ਤਰ੍ਹਾਂ ਹੀ ਜ਼ਿੰਦਗੀ ਚੱਲਦੀ, ਇਸੇ ਤਰ੍ਹਾਂ ਹੀ ਦੁਨੀਆਦਾਰੀ ਆ। ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੇ ਕਪਿਲ ਸ਼ਰਮਾ ਸ਼ੋਅ 'ਚ ਜਾ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਦੀ ਇੱਥੇ ਦੀ ਗੈਰ ਸਰਗਰਮੀ ਜਿਹੜੀ ਆ ਉਹ ਬਰਕਰਾਰ ਰਹੂਗੀ। ਉਹ ਜਿਹੜਾ ਕਹਿ ਲਓ ਕਿ ਆਪਾਂ ਇੱਕ ਕਿਆਫਾ ਲਾਉਂਦੇ ਸੀਗੇ ਕਿ ਹਾਂ ਜੀ ਨਵਜੋਤ ਸਿੰਘ ਸਿੱਧੂ ਇੱਦਾਂ ਉੱਦਾਂ, ਤਾਂ ਇਹਦਾ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ, ਮੈਂ ਕਿਸੇ ਔਰ ਕਾ ਹੂੰ ਫਿਲਹਾਲ, ਤਾਂ ਗੱਲ ਇਹ ਆ ਕਿ ਉਹਨਾਂ ਨੇ ਸੰਕੇਤ ਇਹੀ ਦੇ ਦਿੱਤੇ ਆ ਕਿ ਵੀ ਫਿਲਹਾਲ ਤਾਂ ਮੈਂ ਉੱਧਰ ਆ, ਕਿਉਂਕਿ ਅਸੀਂ ਨਾ ਇਹਦੇ 'ਤੇ ਪਹਿਲਾਂ ਵੀ ਆਪਣੇ ਦੋਸਤਾਂ ਨੂੰ ਦੱਸਦਾ ਸੀਗਾ ਜੀ ਆਪਦੇ ਸੋਰਸਿਸ ਦੇ ਮਾਰਫਤ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਹਾਲਾਤ ਸੀਗੇ ਨਾ, ਸਿੱਧੂ ਨੇ ਬਹੁਤ ਕਮਾਈ ਕੀਤੀ ਆ, ਪਰ ਇੱਕ ਵੇਲਾ ਐਸਾ ਆ ਗਿਆ ਕਿ ਪਰਿਵਾਰਕ ਜਿੱਦਾਂ ਕਹਿ ਲਓ ਸੰਕਟ ਜਿਵੇਂ ਹੁੰਦਾ, ਬੱਚੇ ਦੀ ਸ਼ਾਦੀ, ਖੁਦ ਦੀ ਸਜ਼ਾ, ਪਤਨੀ ਦੀ ਬਿਮਾਰੀ, ਬੱਚਿਆਂ ਦੀ ਪੜ੍ਹਾਈ ਲਿਖਾਈ, ਤਾਂ ਮਤਲਬ ਕਿ ਐਸਾ ਸੀਗਾ ਕਿ ਇਹਨਾਂ ਨੂੰ ਆਪਦਾ ਕੰਮ ਧੰਦਾ ਜਿਹੜਾ ਦੁਬਾਰਾ ਕਰਨਾ ਪਿਆ। IPL 'ਚ ਗਏ, ਵਰਲਡ ਕੱਪ 'ਚ ਗਏ, ਫਿਰ ਇੱਕ ਸ਼ਾਇਦ ਵੈੱਬ ਸੀਰੀਜ਼ ਵੀ ਸਾਈਨ ਕੀਤੀ ਆ ਜੀ, ਉਸ ਤੋਂ ਬਾਅਦ ਹੁਣ ਕਪਿਲ ਸ਼ਰਮਾ ਦਾ ਸ਼ੋਅ, ਤਾਂ ਇਹਦਾ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਤੋਂ ਹਾਲੇ ਤਾਂ ਕਹਿ ਲਓ ਕਿ ਬਨਵਾਸ 'ਤੇ ਹੀ ਚੱਲ ਰਹੇ ਆ, ਪਰ ਇੱਕ ਇੰਟਰਵਿਊ 'ਚ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ, ਗੱਲ ਜ਼ਰੂਰ ਕਹੀ ਆ, ਉਹ ਇਹ ਆ ਜਿਹੜੀ ਕਹਿ ਲਓ ਕਿ ਕਾਬਲੇ ਗੌਰ ਆ ਕਿ ਦੇਖੋ ਜੀ ਮੈਂ ਪ੍ਰਿਯੰਕਾ ਅਤੇ ਰਾਹੁਲ ਨੂੰ ਸਮਰਪਿਤ ਹਾਂ। ਕਿਉਂ? ਕਿਉਂਕਿ ਪਿਛਲੇ ਦਿਨੀ ਬੀਬੀ ਸਿੱਧੂ ਨਾ ਸਿਰਫ ਜੋ ਸਿੱਧੂ ਟੀਮ ਹੈ ਉਹਨੂੰ ਐਕਟਿਵ ਕਰਨ ਦਾ ਯਤਨ ਕਰ ਰਹੇ ਸੀਗੇ ਈਸਟ ਦੇ ਵਿੱਚ ਜੀ ਅੰਮ੍ਰਿਤਸਰ ਈਸਟ ਤੋਂ, ਬਲਕਿ ਉਹ ਜਿਹੜੀ ਤਰਨਜੀਤ ਸਿੰਘ ਸੰਧੂ ਹੋਰਾਂ ਦੇ ਨਾਲ ਮੁਲਾਕਾਤ ਸੀਗੀ, ਉਹਨੇ ਵੀ ਚੁੰਝ ਚਰਚਾ ਛੇੜਤੀ ਸੀ ਬਿਲਕੁਲ ਕਿ ਸ਼ਾਇਦ ਸਿੱਧੂ ਫਾਈਨਲੀ ਜਿਹੜੀ ਹੈ ਉਹਨੇ ਫੈਸਲਾ ਲੈ ਲਿਆ ਕਿ ਉਹ ਭਾਜਪਾ ਵੱਲ ਨੂੰ ਰੁੱਖ ਕਰ ਸਕਦੀ ਹੈ, ਆਪਾਂ ਖਬਰ ਵੀ ਕੀਤੀ ਸੀਗੀ ਜੀ, ਤਾਂ ਸ਼ਾਇਦ ਉਹਨਾਂ ਨੇ ਇੱਕ ਪੈਗਾਮ ਉੱਤੇ ਜ਼ਰੂਰ ਦਿੱਤਾ ਕਿ ਬਈ ਹਾਲ ਦੀ ਘੜੀ ਕੋਈ ਐਸਾ ਸਾਡਾ ਕੋਈ ਫੈਸਲਾ ਜਾਂ ਨਿਰਣਾ ਨਹੀਂ ਹੈ। ਪਰ ਤੁਸੀਂ ਇਹ ਦੇਖੋ ਨਾ ਕਿ ਨਵਜੋਤ ਸਿੰਘ ਸਿੱਧੂ ਸਿਆਸੀ ਤੌਰ 'ਤੇ ਇੰਨੇ ਕਮਜ਼ੋਰ ਹੋ ਗਏ ਕਿ ਅੰਮ੍ਰਿਤਸਰ ਈਸਟ ਬਾਰੇ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਉੱਥੇ ਤਾਂ ਡਿੰਪਾ ਸਾਹਿਬ ਜਮਾ ਦਿੱਤੇ ਗਏ, ਬਿਲਕੁਲ ਜੀ ਉਹ ਤਾਂ ਬਿਲਕੁਲ ਜਿਵੇਂ ਕਹਿ ਲਓ ਕਿ ਠੰਡੀ ਮਿੱਠੀ ਰੁੱਤ 'ਚ ਦਹੀਂ ਜੰਮਦਾ ਨਾ ਵੱਡੇ ਵੱਡੇ ਫੁੱਟਾਂ ਦਾ, ਉਹ ਤਾਂ ਜੰਮ ਗਏ ਬਿਲਕੁਲ। ਬੱਸੀ ਸਾਹਿਬ ਦੇ ਨਾਲ ਵੀ ਕਹਿ ਲਓ ਕਿ ਕਿਤੇ ਨਾ ਕਿਤੇ ਘੈਂਸ ਘੈਂਸ ਥੋੜ੍ਹੀ ਚੱਲ ਰਹੀ ਸੀ ਉਸ ਹਲਕੇ ਨੂੰ ਲੈ, ਉਹਨਾਂ ਨੂੰ ਸਪੇਸ ਮਿਲ ਗਈ ਨਾ ਜੀ, ਮੌਕਾ ਮਿਲ ਗਿਆ ਸੀ। ਦੂਜੀ ਗੱਲ ਹੈ ਕਿ ਇੱਥੇ ਨਵਜੋਤ ਸਿੰਘ ਸਿੱਧੂ ਦਾ ਵਿਰੋਧੀ ਧੜਾ ਉਹਦੀਆਂ ਚੜ ਮੱਚੀਆਂ ਹੁਣ, ਨਵਜੋਤ ਸਿੰਘ ਸਿੱਧੂ ਦੇ ਨਾਲ ਕੋਈ ਵੱਡੀ ਤਾਕਤ ਹੈ ਨਹੀਂ ਕਾਂਗਰਸ 'ਚ, ਅਤੇ ਜਿਹੜੇ ਵਿਰੋਧੀ ਲੀਡਰ ਸੀਗੇ ਧੜੇ ਕਹਿ ਲਓ ਉਹ ਇਸ ਵੇਲੇ ਪੂਰੇ ਤਾਕਤ 'ਚ ਨੇ, ਤਾਕਤ 'ਚ ਹੈ ਬਿਲਕੁਲ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਕਹਿੰਦੇ ਤਾਂ ਹੈ ਕਿ ਬਈ ਮੈਂ ਇੱਦਾਂ ਨੰਗਾ ਕਰਦਾ ਰਹੂੰਗਾ ਇਹੋ ਜਿਹੀ ਰਾਜਨੀਤੀ ਨੂੰ, ਕੁਛ ਲੋਕ ਜਿਹੜੇ CM ਬਣਨ ਦਾ ਖਾਬ ਦੇਖ ਰਹੇ ਸੀਗੇ ਉਹ ਖਤਮ ਹੋ ਗਏ ਵਗੈਰਾ ਵਗੈਰਾ, ਉਹ ਗੱਲਾਂ ਤਾਂ ਕਰ ਰਹੇ ਨੇ ਜੀ, ਪਰ ਕਹਿ ਲਓ ਕਿ ਪੰਜਾਬ ਦੀ ਰਾਜਨੀਤੀ ਜਿਸ ਬਾਰੇ ਉਹ ਕਹਿੰਦੇ ਹੁੰਦੇ ਅਕਸਰ ਕਿ ਮੇਰੇ ਕੋਲ ਰੋਡ ਮੈਪ ਹੈ ਇਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਪੰਜਾਬ ਵਾਸਤੇ, ਵੈਸੇ ਉਹ ਆਰਥਿਕਤਾ ਦੇ ਲਿਹਾਜ਼ ਨਾਲ ਦੇਖੀਏ ਅਤੇ ਅੱਛੀਆਂ ਗੱਲਾਂ ਵੀ ਕਰਦੇ ਨੇ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਜਗ੍ਹਾ ਤੋਂ ਹਜੇ ਹਾਂਜੀ ਹਾਲ ਦੀ ਘੜੀ ਉਹਨਾਂ ਦੀ ਸਰਗਰਮੀ ਜਿਹੜੀ ਹੈ
ਨਾਮਾਤਰ ਹੀ ਰਹਿ ਗਈ, ਉੱਧਰ ਹੀ ਚੱਲੇਗਾ ਕੰਮ ਜ਼ਿਆਦਾ। ਹੁਣ ਤਾਂ ਤੁਸੀਂ ਕਪਿਲ ਸ਼ਰਮਾ ਸ਼ੋਅ 'ਚ ਦੇਖ ਸਕਦੇ ਹੋ ਜੀ, ਵਧੀਆ ਠੀਕ ਹੈ, ਇੰਟਰਟੇਨਮੈਂਟ 'ਤੇ ਚੱਲੂਗਾ। ਇੱਥੇ ਵੀ ਰਾਜਨੀਤੀ 'ਚੋਂ ਇੰਟਰਟੇਨਮੈਂਟ ਕਰ ਜਾਂਦੇ ਹੁੰਦੇ ਸੀ, ਖਾਸਾ ਇੰਟਰਟੇਨਮੈਂਟ ਕਰ ਜਾਂਦੇ ਸੀ ਕਈ ਜੀ। ਪਰ ਮਿੰਟੂ ਜੀ, ਲੋੜਾਂ ਕਹਿੰਦੇ ਹੁੰਦੇ ਨੇ ਕਿ ਹਰ ਜਗ੍ਹਾ 'ਤੇ ਹੁੰਦੀਆਂ ਨੇ ਬੰਦੇ ਦੀਆਂ, ਅਤੇ ਜੇ ਉਹਨਾਂ ਕੋਲ ਸੱਚਮੁੱਚ ਕੋਈ ਪੰਜਾਬ ਦੇ ਭਲੇ ਵਾਲਾ ਭਾਈ ਕੋਈ ਰੋਡ ਮੈਪ ਹੈਗਾ ਤਾਂ ਫਿਰ ਉਹਨਾਂ ਦਾ ਇੱਧਰ ਵੀ ਵੈਲਕਮ ਹੈ। ਹਾਂਜੀ ਹੋ ਸਕਦਾ, ਜ਼ਰੂਰਤ ਵੀ ਹੈ ਜੇ ਕੋਈ ਇਦਾਂ ਦੀ ਹੈ। ਇੱਕ ਸੱਜਣ ਕਹਿ ਰਹੇ ਨੇ ਕਿ ਉਹ ਇੱਕ ਐਪੀਸੋਡ ਵਾਸਤੇ। ਹਾਂਜੀ ਹਾਂਜੀ, ਪਰ ਇਹ ਤੁਹਾਨੂੰ ਮੈਂ ਦੱਸ ਦੇਣਾ ਸਾਹਿਬ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਕੰਮ ਕਾਰ ਜਿਹੜਾ ਵੀ ਉਹ ਕਰਦੇ ਨੇ, ਕਮੈਂਟਰੀ ਇਤਿਹਾਦਕ ਜੋ ਵੀ ਹੈ, ਉਹ ਉਹਨਾਂ ਨੇ ਦੁਬਾਰਾ ਸਟਾਰਟ ਕੀਤਾ। ਤਾਂ ਉਹਦੇ ਪਿੱਛੇ ਉਹੀ ਹਾਲਾਤ ਜਿਵੇਂ ਆਪਾਂ ਜੀ ਉਹਦੇ ਤੇ ਗਾਉਂ ਬਣਾਵੇ ਜਾਓ, ਬਿਲਕੁਲ ਬਿਲਕੁਲ, ਆਪਾਂ ਵੀ ਤੇ ਭੱਜੇ ਫਿਰਦੇ ਢਿੱਡ ਲਈ। ਇਹ ਕੋਈ ਨਵੀਂ ਗੱਲ ਨਹੀਂ ਹੈ, ਬਿਲਕੁਲ। ਬਸ ਇਹਦੇ ਚ ਇੰਨੀ ਇੱਕ ਗੱਲ ਹੀ ਹੈ ਕਿ ਭਾਈ ਫਿਲਹਾਲ ਰਾਜਨੀਤੀ ਵਾਲੇ ਪਾਸੇ ਐਕਟਿਵ ਨਹੀਂ ਹੈ। ਸੰਕਟ ਵੱਡਿਆਂ ਵੱਡਿਆਂ ਤੇ ਰਾਜਿਆਂ ਤੇ ਸੰਕਟ ਆ ਜਾਂਦੇ ਨੇ, ਬਿਲਕੁਲ ਬਿਲਕੁਲ। ਗੱਲ ਇਹ ਹੈ ਕਿ ਇਹ ਚੀਜ਼ ਹੁੰਦੀ ਹੈ, ਕੋਈ ਟਾਈਮ ਹੁੰਦਾ ਕਿ ਜਦੋਂ ਤੁਹਾਨੂੰ ਇੱਕ ਜਗ੍ਹਾ ਤੋਂ ਵਿਰਾਮ ਲੈ ਕੇ ਬ੍ਰੇਕ ਲੈ ਕੇ ਦੂਸਰੇ ਪਾਸੇ ਜ਼ੋਰ ਲਾਉਣਾ ਪੈਂਦਾ, ਬਿਲਕੁਲ ਜੀ। ਤੇ ਇਹਦੇ 'ਚ ਕੋਈ ਮਾੜਾ ਨਹੀਂ, ਮਿਹਨਤ ਹੈ ਭਾਈ। ਇਹ ਨਹੀਂ ਹੈਗਾ ਕਿ ਨਵਜੋਤ ਸਿੰਘ ਸਿੱਧੂ ਹਾਸੇ ਦੇ ਪੈਸੇ ਲੈ ਲੈਂਦਾ ਯਾਰ, ਨਵਜੋਤ ਸਿੰਘ ਸਿੱਧੂ ਬਣ ਲੱਗਿਆ ਕਿੰਨਾ ਕੁਛ ਕਰਨਾ ਪਿਆ ਇਹ ਵੀ ਦੇਖ ਲਓ ਬਾਈ। ਹਾਂਜੀ, ਸਿੱਧੂ ਬਣ ਲੱਗਿਆ ਕੀ ਕੁਛ ਉਹ ਨਾ, ਇੱਕ ਕਹਿੰਦੇ ਨਾ ਪਾਬਲੋ ਪਿਕਾਸੋ ਜੀ, ਬਹੁਤ ਜ਼ਬਰਦਸਤ, ਬਿਲਕੁਲ ਬਿਲਕੁਲ, ਹੈ ਨਾ, ਕੌਣ ਨਹੀਂ ਜਾਣਦਾ, ਲੈਜੈਂਡ। ਕਹਿੰਦੇ ਕਿ ਕੋਈ ਔਰਤ ਆਈ, ਉਹਨੇ ਬਾਜ਼ਾਰ 'ਚ ਸਿਆਨ ਲਿਆ ਜੀ ਕਿ ਬਾਈ ਵਾਹ ਪਾਬਲੋ ਪਿਕਾਸੋ, ਤਾਂ ਉਹਨੇ ਖੁਸ਼ੀ ਦੇ ਮਾਰਿਆਂ ਇੱਕ ਨਾ ਕਾਗਜ਼ ਅੱਗੇ ਕਰ ਦਿੱਤਾ ਕਿ ਬਾਈ ਮੈਨੂੰ ਕੁਛ ਚਰੀਟ ਦੇ ਇਹਦੇ 'ਤੇ, ਕੁਛ ਚਿੱਤਰਕਾਰੀ ਕਰਦੇ ਜੀ। ਅਤੇ ਦੱਸਦੇ ਉਹਨੇ ਇੱਦਾਂ ਵਾਹ ਕੇ ਕਿਹਾ ਬਈ ਜਾ ਮਾਰਕੀਟ 'ਚ ਚੈੱਕ ਕਰ ਲਾ ਜੀ। ਤੋ ਜਿੱਥੇ ਵੀ ਗਈ ਉਹ ਕਹਿੰਦੇ ਜੀ ਬਈ ਇੰਨੇ ਹਜ਼ਾਰ ਡਾਲਰ, ਕੋਈ ਕਵੇ ਇੰਨੇ ਹਜ਼ਾਰ ਡਾਲਰ, ਪਾਬਲੋ ਪਿਕਾਸੋ ਦਾ ਚਿੱਤਰ। ਉਹ ਵਾਪਸ ਆਈ, ਕਹਿੰਦੀ ਪਿਕਾਸੋ ਤੇਰੀ ਤਾਂ ਚਾਹੁੰਦੀ ਹੈ, 30 ਸੈਕਿੰਡ ਦੇ ਵਿੱਚ, 30 ਸੈਕਿੰਡ ਦੇ ਵਿੱਚ ਇੰਨੀ ਗਜ਼ਬ ਦੀ ਪੇਂਟਿੰਗ, ਬਿਲਕੁਲ ਜੀ। ਉਹਨੇ ਆਖਿਆ ਕਿ ਇਹ 30 ਸੈਕਿੰਡ ਜਿਹੜੇ ਆਏ ਆ ਨਾ, ਇਹਦੇ ਪਿੱਛੇ ਮੇਰੇ 30 ਸਾਲ ਦਾ ਕਹਿ ਲਓ ਕਿੱਤਾ ਪੈ ਬਾਈ, 30 ਸਕਿੰਟ ਇੱਦਾਂ ਨਹੀਂ ਆਉਂਦੇ, 30 ਸਾਲ ਲਾਉਣੇ ਪੈਂਦੇ, ਬਿਲਕੁਲ। ਮਗਰ ਦਾ ਸੰਘਰਸ਼ ਵੇਖੋ, ਬਿਲਕੁਲ, ਕਿਆ ਬਾਤ ਹੈ ਜੀ। ਵਾਹ, ਗੁਰਮੀਤ ਜੀ ਕਹਿ ਰਹੇ ਨੇ ਕਿ ਭਾਈ ਅਸੀਂ 800 ਦੇ ਕਰੀਬ ਗੈਸਟ ਪ੍ਰੋਫੈਸਰ ਹਾਂ, ਕਹਿੰਦੇ 5 ਤੋਂ 20 ਸਾਲ ਹੋ ਗਏ ਕੰਮ ਕਰਦੇ ਹਾਂ, ਡਿਊਟੀਆਂ ਵੀ ਦੇ ਰਹੇ ਹਾਂ, ਯੋਗਤਾਵਾਂ ਵੀ ਪੂਰੀਆਂ ਕਰ ਰਹੇ ਹਾਂ, ਅਤੇ ਭਾਈ ਸਰਕਾਰ ਆਪਦੇ ਜਿਹੜੇ ਫਰਜ਼ ਆ ਉਹ ਪੂਰੇ ਨਹੀਂ ਕਰ ਰਹੀ ਜੀ। ਭਾਅ ਜੀ ਅਸੀਂ ਵੀ ਕਿਤੇ ਨਾ ਕਿਤੇ ਤੁਹਾਡੇ ਵਰਗੇ ਹੀ ਹਾਂ, ਬਸ ਕੀ ਕਰੀਏ ਭਾਈ, ਸਰਕਾਰ ਹੁਣ ਨਹੀਂ ਸੁਣ ਰਹੀ। ਗੈਸਟ ਹੀ ਗਏ ਨੇ ਕਹਿੰਦੇ ਇੱਕ ਐਪੀਸੋਡ ਲਈ ਨਵਜੋਤ ਸਿੱਧੂ, ਵੇਖੋ ਜੀ, ਖੈਰ ਇਹ ਆਪਾਂ ਨੂੰ ਹੌਲੀ ਹੌਲੀ ਪਤਾ ਲੱਗਦਾ। ਚਲੋ ਸਿੱਧੂ ਗਏ ਨੇ ਤਾਂ ਵਾਪਸੀ ਤਾਂ ਹੋਈ ਆ ਨਾ ਉਸ ਸ਼ੋਅ ਦੇ ਵਿੱਚ, ਜੀ ਜੀ, ਕੰਟਰੋਵਰਸੀ ਹੋ ਗਈ ਸੀਗੀ, ਉਸ ਤੋਂ ਬਾਅਦ ਸਿੱਧੂ ਨੂੰ ਉਹ ਸ਼ੋਅ ਛੱਡਣਾ ਪਿਆ, ਤਾਂ ਘੱਟੋ ਘੱਟ ਇਹਨਾਂ ਦੀ ਵਾਪਸੀ ਤਾਂ, ਬਾਕੀ ਕੋਈ ਪਤਾ ਨਹੀਂ ਹੈ, ਹੋ ਵੀ ਜਾਵੇ। ਆਪਾਂ ਕਿਹੜਾ ਕੰਟਰੈਕਟ ਦੇਖਿਆ ਸਾਹਿਬ ਜੀ, ਆਪਾਂ ਕੋਈ ਕੰਟਰੈਕਟ ਤਾਂ ਦੇਖਿਆ, ਜਿਸ ਤਰ੍ਹਾਂ ਦੀ ਉਹ ਕਲਿੱਪ ਵਾਇਰਲ ਹੋ ਰਹੀ ਹੈ, ਮੈਨੂੰ ਤਾਂ ਲੱਗਦਾ ਕਿ ਪੱਕੀ ਸੀਟ ਨਾ ਮਲਾ ਲੈਣਾ। ਬਿਲਕੁਲ ਬਿਲਕੁਲ ਜੀ 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 ਜੀ। ਮਨੂ ਜੀ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਭਾਈ 8 ਵੀਕਸ ਦੇ ਵਿੱਚ ਨੋਟੀਫਿਕੇਸ਼ਨ ਅਤੇ ਵੋਟ ਕਰਵਾਉਣ ਦਾ ਮਿਊਂਸੀਪਲ ਵਾਲਿਆਂ ਨੂੰ ਕਹਿ ਦਿੱਤਾ ਭਾਈ। ਖੈਰ ਜੀ, ਸੁਪਰੀਮ ਕੋਰਟ 'ਚ ਗਿਆ ਮਾਮਲਾ ਜੀ, ਸਰਕਾਰ ਵੇਖ ਲਓ ਕਿਉਂ ਭੱਜ ਰਹੀ ਹੈ, ਪਤਾ ਨਹੀਂ, ਇਹ ਹਾਈ ਕੋਰਟ ਦੇ ਫੈਸਲੇ ਦੇ ਉਲਟ ਉੱਥੇ ਸੁਪਰੀਮ ਕੋਰਟ ਚਲੇ ਗਏ, ਤਾਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਰਵਾਓ, ਬਸ ਹੁਣ ਕਰਵਾਉਣੀਆਂ ਤੇ ਪੈਣੀਆਂ, ਪਰ ਬਸ ਪੰਚਾਇਤੀਆਂ ਨੂੰ ਖਿਲਾਰਾ ਜਾਣਾ, ਬਸ ਇਹਨਾਂ ਦਾ ਕੰਮ ਹੀ ਹੈ ਕਿ ਦੁੱਧ ਵੀ ਦੇਣਾ ਤੇ ਮੀਂਗਣਾ ਘੋੜ ਘੋੜ ਕੇ ਦੇਣਾ ਇਹਨਾਂ ਨੇ, ਇਲੈਕਸ਼ਨ ਕਰਵਾਉਣੇ ਵੀ ਹੁੰਦੇ ਆ, ਤੇ ਆਪਦੀ ਝਾੜ ਝੰਬ ਵੀ ਇਹਨਾਂ ਨੇ ਨਾ ਦੱਬ ਕੇ ਰੱਜ ਕੇ ਕਰਵਾਉਣੀ ਹੁੰਦੀ ਆ ਕੋਰਟ ਵਾਲਿਆਂ ਤੋਂ। ਉਹ ਤੇ ਮਤਲਬ ਕਿ ਜਦੋਂ ਇਹਨਾਂ ਦੀ ਕੋਈ ਫਾਈਲ ਜਾਂਦੀ ਹੈ, ਬਸ ਉਹ ਵੇਖ ਕੇ ਕਹਿ ਦਿੰਦੇ ਆ ਕਿ ਪੰਜਾਬ ਦਾ ਇੱਕ ਹੋਰ ਰੌਲਾ ਆ ਗਿਆ, ਕਈ ਹੁੰਦਾ ਨਾ ਜਿਵੇਂ ਫੇਰ ਆ ਗਿਆ, ਹਾਂ ਠਾਣੇ 'ਚ ਕਹਿੰਦੇ ਉਹਨੂੰ ਵੇਖ ਕੇ ਕਹਿੰਦੇ ਮਾਮਾ ਤੂੰ ਫੇਰ ਆ ਗਿਆ, ਓਏ ਮੁਨਸ਼ੀ ਉਹ ਵੇਖ ਕੇ ਗੇਟ 'ਚੋਂ ਕਹਿੰਦਾ ਇਹ ਫੇਰ ਆ ਗਿਆ, ਤਾਂ ਐਸਾ ਹਾਲ ਕੁਛ ਬਣਿਆ ਪਿਆ।